ਇਹਨਾਂ ਨੇ ਪਹਿਲੇ ਤੋਂ ਸੱਦਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲਿਆ ਗਿਆ ਆਪਣੇ ਘਰ ਘਰੋਂ ਕੁੱਟ ਕੇ ਮਾਰ ਕੇ ਫਿਰ ਇਹਨਾਂ ਨੂੰ ਲਿਆ ਕੇ ਬਾਹਰ ਲਿਆ ਕੇ ਉਹਨਾਂ ਨੇ ਗੱਡੀ 'ਤੇ ਨਹੀਂ ਟਾਈਮ ਵਾਲੇ ਸਿਰ 'ਤੇ ਬੈਠੇ ਬੈਠੇ ਕੱਟੇ ਮਾਰ ਨਮਸਕਾਰ ਦੋਸਤੋ, ਮੈਂ ਕਿਰਨ ਵਸ਼ਿਸ਼ਟ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੇ। ਕਰੰਟ ਇਸ਼ੂ ਵਿੱਚ ਗੱਲ ਕਰਦੀ ਹੈ ਕਿ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਲਤਪੁਰ ਤੋਂ ਜੋ ਖਬਰ ਆ ਰਹੀ ਹੈ ਬੜੀ ਹੀ ਮੰਦਭਾਗੀ ਖਬਰ ਹੈ ਕਿ ਉੱਥੇ ਦੇ ਸਰਪੰਚ ਦੀ ਮੌਤ ਦੀ ਖਬਰ ਆ ਰਹੀ ਹੈ। ਉਹਨਾਂ ਦੇ ਦੋ ਗੁੱਟਾਂ ਦੇ ਵਿੱਚ ਲੜਾਈ ਝਗੜਾ ਦੱਸਿਆ ਜਾ ਰਿਹਾ ਸੀਗਾ, ਲੇਕਿਨ ਮੌਤ ਦੇ ਕਾਰਨ ਕੀ ਬਣੇ, ਕੀ ਕਾਰਨ ਸੀਗੇ ਕਿ ਸਰਪੰਚ ਸਾਹਿਬ ਜਿਹੜੇ ਹੈਗੇ ਹੁਣ ਇਸ ਜਹਾਨ ਵਿੱਚ ਨਹੀਂ ਰਹੇ। ਪੂਰੀ ਜਾਣਕਾਰੀ ਲੈਣ ਲਈ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਸੁਖਦੇਵ ਸਿੰਘ ਰੰਧਾਵਾ ਜੀ, ਉਹਨਾਂ ਕੋਲ ਪੁੱਛਦੇ ਹਾਂ ਪੂਰੀ ਗੱਲਬਾਤ ਹੈ ਕੀ ਸੀ। ਰੰਧਾਵਾ ਸਾਹਿਬ, ਜਿਹੜੀ ਇਹ ਮੰਦਭਾਗੀ ਖਬਰ ਸਾਡੇ ਕੋਲ ਆਈ ਹੈ ਕਿ ਸਰਪੰਚ ਸਾਹਿਬ ਦੀ ਮੌਤ ਹੋ ਗਈ, ਕਿਹੜੇ ਕਾਰਨਾਂ ਕਰਕੇ ਮੌਤ ਹੋਈ, ਲੜਾਈ ਝਗੜਾ ਕਿਹੜੇ ਕਾਰਨਾਂ ਕਰਕੇ ਹੋਇਆ ਸੀ? ਮੈਂ ਦੱਸਣਾ ਚਾਹੁੰਦਾ ਜੀ, ਕਾਜ਼ ਵੀ ਸਰਪੰਚ ਆ ਨਵਦੀਪ ਸਿੰਘ ਜੀ, ਜਿਹਦੀ ਉਮਰ ਆ 30 ਸਾਲ ਜੀ, ਤੇ ਉਹਦਾ ਇੱਕ ਜਿਹੜਾ ਸਾਬਕਾ ਸਰਪੰਚ ਆ ਉਹਦੇ ਵੱਲੋਂ ਜਿਹੜਾ ਵਾ ਉਹ ਦੱਸਿਆ ਵੀ ਗੱਡੀ ਦੇ ਪੇਟ ਦਰੜ ਤੇ ਉਹਦੀ ਜਿਹੜੀ ਆ ਮੌਤ ਕਰ ਦਿੱਤੀ ਗਈ ਆ, ਕਤਲ ਕਰ ਦਿੱਤਾ ਗਿਆ। ਯਾਨੀ ਕਿ ਗੱਡੀ ਦੇ ਥੱਲੇ ਦੇ ਕੇ ਇਹਨਾਂ ਦਾ ਕਤਲ ਕੀਤਾ ਗਿਆ, ਇਹਨਾਂ ਦੀ ਮੌਤ ਕੀਤੀ ਗਈ ਹੈ। ਇਹ ਕੌਣ ਲੋਕ ਸੀਗਾ ਜਿਹਨਾਂ ਨੇ ਗੱਡੀ ਇਹਨਾਂ ਉੱਪਰ ਚੜਾਈ ਹੈ ਜੀ? ਇਹ ਅਕਾਲੀ ਜਿਹੜੇ ਆ ਆਪਣੀ ਜਮਾਤ ਨਾਲ ਜਿਹੜੇ ਆ ਇਹ ਸੰਬੰਧ ਰੱਖਦੇ ਆ ਜੀ। ਅਚਾਨਕ ਜਿਹੜਾ ਵਾ ਉੱਥੋਂ ਜਿਹੜਾ ਸਾਬਕਾ ਸਰਪੰਚ ਆ ਮਿੱਤਰ ਤੇ ਪਾਲ ਸਿੰਘ, ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਿਹੜਾ ਨਵਦੀਪ ਸਿੰਘ ਦਾ ਵਾ ਉਹ ਪਹਿਲਾਂ ਤਾਂ ਇੱਟਾਂ ਤੇ ਰੋੜਿਆਂ ਨਾਲ ਜਿਹੜਾ ਦੱਸਦੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇਹਦੀ ਕੋਈ ਮੌਤ ਹੋਈ ਜਾਂਦੀ ਆ। ਪਰ ਉਹ ਦੂਜੇ ਵੱਲੋਂ ਇਹ ਗੰਭੀਰ ਜਿਹੜਾ ਵਾ ਉਹ ਦੋਸ਼ ਲੱਗ ਰਿਹਾ ਕਿ ਉਹਨੂੰ ਗੱਡੀ ਤੇ ਜਿਹੜਾ ਵਾ ਉਹ ਬਾਰ ਬਾਰ ਉਹਦੇ ਉੱਤੋਂ ਦੀ ਜਿਹੜੀ ਚੜ੍ਹਾ ਕੇ ਉਹਨੂੰ ਜਿਹੜੀ ਆ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਜੀ। ਜੇਕਰ ਗੱਲ ਕਰਦੇ ਕਿ ਅਜਿਹੇ ਕਿਹੜੇ ਕਾਰਨ ਸੀਗੇ ਕਿ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਤੱਕ ਇਹ ਉਤਾਰੂ ਹੋ ਗਏ, ਅਤੇ ਉਹਦੇ ਉੱਪਰ ਜਿਵੇਂ ਤੁਸੀਂ ਦੱਸ ਰਹੇ ਕਿ ਆਰੋਪ ਲੱਗ ਰਹੇ ਕਿ ਵਾਰ ਵਾਰ ਗੱਡੀ ਚੜਾ ਕੇ ਉਤਾਰ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਆਖਿਰਕਾਰ ਉਹ ਵਿਚਾਰਾ ਦੁਨੀਆ ਛੱਡ ਗਿਆ? ਇਹ ਤੇ ਇਨਵੈਸਟੀਗੇਸ਼ਨ ਦੀ ਜਿਹੜੀ ਆ ਉਹ ਹਜੇ ਇਹ ਸਾਹਮਣੇ ਆ ਰਿਹਾ, ਅੱਜ ਤੱਕ ਜਿਹੜੀ ਆ ਉਸ ਕਾਰਨਾਂ ਬਾਰੇ ਕੁਝ ਨਹੀਂ ਦੱਸ ਰਹੀ। ਪਰ ਉਹ ਪਰਿਵਾਰਕ ਜੋ ਪਰਿਵਾਰਕ ਮੈਂਬਰ ਆ ਮ੍ਰਿਤਕ ਦੇ ਉਹਨਾਂ ਦੇ ਬਿਹਾਵ ਤੇ ਜਿਹੜਾ ਵਾ ਉਹ ਕਤਲ ਜਿਹੜਾ ਕਤਲ ਦਾ ਮਾਮਲਾ ਵਾ ਉਹ ਦਰਜ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਕਿਹਾ ਗਿਆ ਵਾ ਜਿਹੜਾ ਸੰਜੀਵ ਕੁਮਾਰ DSP ਬਟਾਲਾ ਵਾ ਉਹਨਾਂ ਵੱਲੋਂ ਦੱਸਿਆ ਗਿਆ ਆ ਕਿ ਜਿਹੜੇ ਆਰੋਪੀ ਆ ਉਹ ਛੇਤੀ ਤੋਂ ਛੇਤੀ ਫੜੇ ਜਾਣਗੇ ਤੇ ਜੋ ਵੀ ਮ੍ਰਿਤਕ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਬਣਦਾ ਸੀ ਅਸੀਂ ਉਸ ਨੂੰ ਦਰਜ ਕਰ ਰਿਹਾ ਤੇ ਛਾਪੇਮਾਰੀ ਜਿਹੜੀ ਆ ਉਹ ਜਿਹੜੇ ਆਰੋਪੀ ਆ ਉਹਨਾਂ ਦੇ ਵਿਰੁੱਧ ਕੀਤੀ ਜਾ ਰਹੀ ਆ, ਸ਼ਾਇਦ ਛੇਤੀ ਹੀ ਜਿਹੜੇ ਆ ਉਹ ਆਰੋਪੀ ਜਿਹੜੇ ਆ ਇਹ ਪੁਲਿਸ ਦੀ ਗ੍ਰਿਫਤ ਵਿੱਚ ਆ ਜਾਣਗੇ। ਰੰਧਾਵਾ ਜੀ, ਅਗਰ ਗੱਲ ਕਰਦੇ ਕਿ ਇਸ ਆਰੋਪ ਦੇ ਵਿੱਚ ਕਿੰਨੇ ਲੋਕਾਂ ਦੇ ਜਿਹੜੇ ਨਾਮ ਸਾਹਮਣੇ ਆ ਰਹੇ ਨੇ? ਇਹ ਦੱਸਦੇ ਆ ਕੋਈ 5-6 ਜਿਹੜੇ ਆ ਤੇ ਜਿਹੜੇ ਆਪਣੇ ਸਾਬਕਾ ਸਰਪੰਚ ਆ ਮਿੱਤਰਪਾਲ ਸਿੰਘ ਦੌਲਤਪੁਰ ਉਹਨਾਂ ਦੇ ਜਿਹੜਾ ਵਾ ਆਰੋਪ ਜਿਹੜਾ ਲੱਗ ਰਿਹਾ ਵਾ ਜਿਨ੍ਹਾਂ ਨੇ ਇਹ ਜਿਹੜਾ ਵਾ ਕਤਲ ਆ ਉਹ ਕੀਤਾ ਵਾ ਤੇ ਕਤਲ ਵੀ ਜਿਹੜਾ ਬੇਰਹਿਮੀ ਨਾਲ ਕੀਤਾ ਗਿਆ ਦੱਸਿਆ ਜਾ ਰਿਹਾ। ਤੇ ਹੁਣ ਪੁਲਿਸ ਦਾ ਕੀ ਕਹਿਣਾ ਕਿ ਕਦੋਂ ਤੱਕ ਗ੍ਰਿਫਤਾਰੀਆਂ ਹੋ ਜਾਣਗੀਆਂ? ਆਉਂਦੇ ਆ ਵੀ ਟੀਮਾਂ ਵੱਖ ਵੱਖ ਬਣਾ ਕੇ ਜਿਹੜੀਆਂ ਵਾ ਇਹ ਆਰੋਪੀਆਂ ਦੇ ਖਿਲਾਫ਼ ਜਿਹੜੀ ਆ ਵੱਖ ਵੱਖ ਟਿਕਾਣਿਆਂ ਤੇ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾਂਦੀ ਹੈ, ਛੇਤੀ ਜਿਹੜੀ ਆ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਰੋਪੀ ਜਿਹੜੇ ਹੋਣ। ਜੀ ਜੀ ਜੀ, ਸੋ ਧੰਨਵਾਦ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ। ਇੱਕ ਪਿੰਡ ਦੌਲਤਪੁਰ ਦੇ ਵਿੱਚ ਸਾਬਕਾ ਸਰਪੰਚ ਵੱਲੋਂ ਮੌਜੂਦਾ ਸਰਪੰਚ ਦੇ ਉੱਪਰ ਕਾਤਲਾਨਾ ਹਮਲਾ ਹੁੰਦਾ ਹੈ ਅਤੇ ਸਰਪੰਚ ਦੀ ਮੌਤ ਹੋ ਜਾਂਦੀ ਹੈ। ਸੋ ਪੂਰੀ ਜਾਣਕਾਰੀ ਦੇ ਰਹੇ ਸਰ ਸਾਨੂੰ ਸੁਖਦੇਵ ਸਿੰਘ ਰੰਧਾਵਾ ਜੀ। ਮੌਕੇ ਦੇ ਉੱਪਰ ਪੁਲਿਸ ਨੇ ਕੀ ਕਿਹਾ ਅਤੇ ਲੋਕਾਂ ਦਾ ਕੀ ਕੁਛ ਕਹਿਣਾ ਹੈਗਾ ਤੁਸੀਂ ਸੁਣ ਸਕਦੇ ਹੋ। ਮੇਰਾ ਬੇਟਾ ਸੀਗਾ ਮੌਜੂਦਾ ਸਰਪੰਚ ਸੀਗਾ, ਇਹਨਾਂ ਨੇ ਫੈਸਲੇ 'ਤੇ ਸੱਦਿਆ ਮੁੜ ਕੇ ਇਹਨੂੰ ਉਹਨਾਂ ਨੇ ਚੁੱਕ ਕੇ ਗੱਡੀ 'ਚ ਲਿਆ ਗਿਆ ਆਪਣੇ ਘਰੋਂ ਕੁੱਟ ਕੇ ਮਾਰ ਕੇ ਫਿਰ ਇਹਨਾਂ ਨੇ ਲਿਆ ਕੇ ਬਾਹਰ ਲਿਆ ਕੇ ਉਹਨਾਂ ਨੇ ਗੱਡੀ 'ਤੇ ਨਿਕਾਏ ਨਾਲ ਸਿਰ 'ਚ ਵੱਟੇ ਵੱਟੇ ਪੱਥਰ ਮਾਰ ਕੋ ਜਾ। ਅਗਲੀ ਪਾਰਟੀ ਦਾ ਸਰਪੰਚ ਹੈ, ਇਹਨਾਂ ਦਾ ਕੋਈ ਮਾੜਾ ਮੋਟਾ ਆਏਗਾ ਉਹਨੇ ਮਾਫ਼ੀ ਮੰਗੀ ਆ, ਮੈਂ ਨਹੀਂ ਮੰਗੀ, ਉਹਦਾ ਕਰਕੇ ਥੋੜ੍ਹਾ ਜਿਹਾ ਝਗੜਾ ਜਿਹਾ ਵੱਧ ਗਿਆ। ਮੇਰਾ ਜਿਹੜਾ ਬੇਟਾ ਪਿੰਡ ਰਿਆੜ ਦਾ ਬਣਿਆ ਉਹ ਜੋ ਦੌਲਤਪੁਰ ਦਾ ਵਾ, ਜਿਹੜਾ ਦੌਲਤਪੁਰ 'ਚ ਮੇਰਾ ਜਵਾਈ ਬਣਿਆ ਸੀ ਉਹਦਾ ਕਰਕੇ ਸੋਚ ਕਰਦਾ ਮੈਂ ਦੌਲਤ ਮੇਰੀ ਜ਼ਮੀਨ ਹੈਗੀ ਉੱਥੇ ਮੈਂ ਫੇਰਾ ਮਾਰਨ 'ਤੇ ਜਾਣਾ ਪੈਂਦਾ ਆਪਣਾ ਜੋ ਵੀ ਇਨਸਾਫ ਲੈਣਾ ਚਾਹੁੰਦੇ। ਸਾਡੇ ਕਾਕੇ ਦੇ ਲੱਕ 'ਚ ਬਹੁਤ ਜ਼ਿਆਦਾ ਸਾਟਿਆ ਇਹ ਅੰਮ੍ਰਿਤਸਰ ਦਾ,
ਦੂਜਾ ਮੁੰਡਾ ਜਿਹੜਾ ਆ ਉਹਦੇ ਵੀ ਆ ਮਾਂ ਸਾਰਾ ਹੀ ਸਿਰ ਉਹਦਾ ਵੀ ਹਿੱਸਾ ਆ ਖਲੋਤਿਆਂ ਖਲੋਤਿਆਂ ਜਾਂਦਾ ਉੱਥੇ ਫੈਲ ਰਹੀ ਲੜਾਈ ਹੋਈ ਅਤੇ ਇਹਦੇ 'ਚ ਨਵਦੀਪ ਦੀ ਫਿਰ ਕਿਸ ਤਰ੍ਹਾਂ ਮੌਤ ਹੋਈ ਸਰ ਮਨਦੀਪ ਦੀ ਉਹਨਾਂ ਨੇ ਸਾਹਮਣੇ ਸੁੱਟ ਕੇ ਬੂਹੇ ਗਾੜੀ ਸਿਰ 'ਤੇ ਸੱਟਾਂ ਮਾਰ ਦਿੱਤੀਆਂ ਬਾਅਦ 'ਚ ਨਕਾਈ ਆ ਪਹਿਲੋਂ ਸੱਟਾਂ ਮਾਰੀਆਂ ਸਿਰ 'ਤੇ ਉਹਨਾਂ ਨੇ ਮੁੰਡੇ ਜਿਹੜੇ ਮੌਕਾ 'ਤੇ ਉੱਥੇ ਦੱਸਦੇ 'ਚ ਸੱਟਾਂ ਮਾਰੀਆਂ ਨੇ ਫਿਰ ਮੁੰਡੇ ਇੱਕ ਨੇ ਆਖਿਆ ਵੀ ਇਹਨੂੰ ਨਾ ਮਾਰੋ ਤੁਸੀਂ ਮਾਰ ਦੇਣਾ ਜੇ ਪਰ ਉਹ ਮੁੰਡਾ ਮਰ ਗਿਆ ਉੱਥੇ ਜਿਹਨਾਂ ਨੇ ਸਾਰਾ ਕੰਮ ਕੀਤਾ ਉਹ ਪਹਿਲਾਂ ਸਰਪੰਚ ਰਹਿ ਚੁੱਕੇ ਉਹ ਅੱਜ ਤੋਂ 20-25 ਸਾਲ ਸਰਪੰਚੀ ਆ ਅਕਾਲੀ ਬਸ ਪੱਕੇ ਅਕਾਲੀ ਆ ਅਤੇ ਜਿਹਨਾਂ ਦੀ ਡੈਥ ਹੋਈ ਹੈ ਇਹ ਤਾਂ ਮੁੰਡਾ ਐਰਕਾ ਬਣਿਆ ਆ ਸਰਪੰਚ ਕਾਂਗਰਸ ਅਤੇ ਇਹ ਕਿਹੜੇ ਕਿਹੜੀ ਗੱਲ ਨੂੰ ਲੈ ਕੇ ਫੈਸਲਾ ਕੀਤਾ ਜਾ ਰਿਹਾ ਇਹਦਾ ਕੋਈ ਫੈਸਲਾ ਹੀ ਨਿਕਲ ਮੋਟੀ ਗੱਲ ਦਾ ਹੀ ਇਹ ਉੱਥੇ ਮੈਂ ਚੱਲਦਾ ਕੀ ਚਾਹੁੰਦੇ ਤੁਸੀਂ ਹੁਣ ਇਹ ਇਹੋ ਚਾਹੁੰਦੇ ਇਨਸਾਫ ਹੋਵੇ ਹੁਣ ਇਹਦਾ ਮਾੜੀ ਕੀਤੀ ਆ ਵੀ ਚਲੋ ਫੈਨ ਹੈ ਅਤੇ ਸਾਰੇ ਹੀ ਜਾਂਦੇ ਆਉਂਦੇ ਰਹਿੰਦੇ ਆ ਬਹਿ ਕੇ ਫੈਸਲਾ ਕਰਦੇ ਬੰਦੇ ਉੱਥੇ ਖੋ ਕੇ ਕਰਦੇ ਜਿਹੜੀ ਸੱਟਾਂ ਹੀ ਮਾਰ ਦੇਣੀਆਂ ਇਹਨਾਂ ਨੇ ਕੋਈ ਪਹਿਲਾਂ ਜਿਹੜੀ ਪਾਰਟੀ ਦੂਸਰੀ ਆ ਉਹਨਾਂ ਦੇ ਕੋਈ ਬੈਕਗਰਾਊਂਡ ਅਪਰਾਧਿਕ ਬੈਕਗਰਾਊਂਡ ਵੀ ਪਹਿਲਾਂ ਹੀ ਹੈਗੀ ਹੈ ਕੋਈ ਅਪਰਾਧ ਪਹਿਲਾਂ ਵੀ ਕੋਈ ਕੀਤੇ ਉਹਨਾਂ ਨੇ ਕੋਈ ਪਹਿਲਾਂ ਤੋਂ ਚੱਲਦੇ ਰਹੇ ਅੱਤਵਾਦ 'ਚ ਚੱਲਦੇ ਰਹੇ ਉਹਨਾਂ ਦਾ ਭਰਾ ਨਰਾਇਣ ਸਿੰਘ ਉਹ ਅੱਤਵਾਦ ਦਰਬਾਰ ਸਾਹਿਬ ਰਿਹਾ ਉਹਦੇ ਗਾੜੀ ਸਾਰੇ ਗਾੜੀ ਬੱਚੇ ਇਹਨਾਂ ਕੋਲ ਸਾਰੇ ਹਥਿਆਰ ਥੂਰ ਹੈਗੇ ਨਾ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਇਲਾਕੇ ਨੂੰ ਪਤਾ ਵੀ ਉਹ ਇਹ ਦੋ ਪਾਰਟੀਆਂ ਹੈਗੀਆਂ ਇੱਥੇ ਇੱਕ ਮੌਜੂਦਾ ਸਰਪੰਚ ਨੇ ਅਤੇ ਇੱਕ ਸਾਬਕਾ ਸਰਪੰਚ ਨੇ ਇਹਨਾਂ ਦਾ ਆਪਸ ਵਿੱਚ ਕੋਈ ਇਸ਼ੂ ਸੀ ਉਹਨੂੰ ਲੈ ਕੇ ਅਤੇ ਅੱਜ ਇਹਨਾਂ ਨੇ ਬੈਠੇ ਸੀ ਦੋਵੇਂ ਪਾਰਟੀਆਂ ਆਪਸ 'ਚ ਸਲਾਹ ਕਰਕੇ ਕਿ ਅੱਜ ਇੱਥੇ ਨਿਬੇੜ ਲੈਂਦੇ ਹਾਂ ਅਤੇ ਉੱਥੇ ਝਗੜਾ ਵੱਧ ਗਿਆ ਜੀ ਇੱਕ ਪਾਰਟੀ ਦਾ ਬਹੁਤ ਜ਼ਿਆਦਾ ਉਹਨਾਂ ਨੇ ਧੱਕਾ ਕੀਤਾ ਅਤੇ ਉਹ ਗੱਡੀ ਆਪਣੀ ਬਲੈਰੋ ਦੇ ਨਾਲ ਇਹਨਾਂ ਦੇ ਪਹਿਲੇ ਬੰਦੇ ਖਿੱਚ ਕੇ ਲੈ ਗਏ ਅੰਦਰ ਅਤੇ ਫਿਰ ਉਹਨਾਂ 'ਤੇ ਗੱਡੀਆਂ ਇਹਨਾਂ ਦੇ ਮੁਤਾਬਕ ਵਾਰ ਵਾਰ ਚਾੜ ਕੇ ਇੱਕ ਲੜਕਾ ਜੀ ਨਵਦੀਪ ਰਿਆੜਪਤੀ ਦਾ ਉਹਦੀ ਡੈਥ ਹੋ ਗਈ ਹੈ ਅਤੇ ਦੂਸਰੇ ਦੋ ਸੀਰੀਅਸਲੀ ਇੰਜਰਡ ਨੇ ਉਹਨਾਂ ਨੂੰ ਅੰਮ੍ਰਿਤਸਰ ਦਾਖਲ ਕਰਾਇਆ ਖਬਰ ਜਿਹੜੀ ਆ ਰਹੀ ਸੀਗੀ ਦੌਲਤਪੁਰ ਤੋਂ ਆ ਰਹੀ ਸੀਗੀ ਜੋ ਕਿ ਬਟਾਲਾ ਦੇ ਨਜ਼ਦੀਕ ਪੈਂਦਾ ਪਿੰਡ ਹੈ ਸਾਬਕਾ ਸਰਪੰਚ ਵੱਲੋਂ ਮੌਜੂਦਾ ਸਰਪੰਚ ਜੋ ਕਿ ਕਾਂਗਰਸ ਦਾ ਸਰਪੰਚ ਸੀਗਾ ਉਸਦੇ ਉੱਪਰ ਗੱਡੀ ਚੜਾ ਕੇ ਉਹਨੂੰ ਮਾਰਨ ਦਾ ਆਰੋਪ ਲੱਗਿਆ ਅਤੇ ਪੁਲਿਸ ਹੁਣ ਇਹਨਾਂ ਲੋਕਾਂ ਦੀ ਭਾਲ ਦੇ ਵਿੱਚ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਇਸ਼ੂ 'ਤੇ ਦੇਖਦੇ ਰਹਿਣਾ ਏਵਨ ਪੰਜਾਬੀ ਨਿਰਪੱਖ ਅਤੇ ਨਵੀਂ ਸੋਚ